होशियारपुर के जहां खेलां विखे पुलिस रिक्रूट ट्रेनिंग सेंटर विखे अज तुसीं देख सकते हो कि पंजाब पुलिस के नवे जिहड़े ट्रेनी सीगे अज अपने अपने जिलों च जाणगे और उन्हां नूं जिलों च भेजण लई अज खुद पंजाब के मुख्यमंत्री कैप्टन अमरिंदर सिंह इत्थे विशेष तौर पर आए हैं। तुसीं हुण देख सकते हो कि परेड हो रही और सौ स्वेयरिंग सैरेमनी हो रही है। ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਨਵੇਂ ਟ੍ਰੇਨਿੰਗ ਜਿਹੜੇ ਅੱਜ ਜ਼ਿਲ੍ਹਿਆਂ 'ਚ ਜਾ ਰਹੇ ਨੇ ਉਹਨਾਂ ਨੇ ਸਵੇ ਸਹੁੰ ਖਾਧੀ ਹੈ ਕਿ ਉਹ ਆਪਣੇ ਡਿਊਟੀ ਪ੍ਰਤੀ ਇਮਾਨਦਾਰੀ ਰੱਖਣਗੇ। ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਮੰਚ 'ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸੁਰੇਸ਼ ਅਰੋੜਾ, ਸਨਅਤ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਸਪੋਰਟਸ ਮਿਨਿਸਟਰ ਪੰਜਾਬ ਦੇ ਰਾਣਾ ਗੁਰਮੀਤ ਸੋਢੀ ਵੀ ਮੰਚ 'ਤੇ ਮੌਜੂਦ ਨੇ। 2022 ਟ੍ਰੇਨਿੰਗ ਜਿਹਨੇ ਉਹਨਾਂ ਨੂੰ ਅੱਜ ਜ਼ਿਲ੍ਹੇ 'ਚ ਭੇਜਿਆ ਜਾ ਰਿਹਾ। ਇਸ ਦੇ ਨਾਲ ਹੀ 14 ਪੁਲਿਸ ਅਫਸਰਾਂ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। 14 ਸਾਲ ਜਿਨ੍ਹਾਂ ਨੂੰ 24 ਸਾਲ ਔਰ ਜਿਨ੍ਹਾਂ ਨੂੰ 30 ਸਾਲ ਹੋ ਗਏ ਨੇ ਪੁਲਿਸ ਦੀ ਨੌਕਰੀ ਕਰਦਿਆਂ ਨੂੰ, ਉਹਨਾਂ ਨੂੰ ਅੱਜ ਇੱਥੇ ਪ੍ਰਮੋਟ ਵੀ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਪਰੇਡ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੌਸਲਾ ਅਫਜ਼ਾਈ ਕਰਦੇ ਹੋਏ ਨਵੇਂ ਪੁਲਿਸ ਟ੍ਰੇਨਿੰਗ ਦੀ। ਹੁਣ ਪਰੇਡ ਦਾ ਨਜ਼ਾਰਾ ਜੋ ਹੈ ਉਹ ਸ਼ੁਰੂ ਹੋਣ ਵਾਲਾ ਹੈ। ਨਵੇਂ ਪੁਲਿਸ ਟ੍ਰੇਨੀ ਜਿਹੜੇ ਨੇ ਅੱਜ ਆਪਣੇ ਡਿਸਟ੍ਰਿਕਟ 'ਚ ਜਾਣਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਪਾਸਿੰਗ ਆਊਟ ਪਰੇਡ ਵਿੱਚ ਉਹਨਾਂ ਨੂੰ ਡਿਸਟ੍ਰਿਕਟ ਉਹਨਾਂ ਦੇ ਆਪਣੇ ਜ਼ਿਲ੍ਹਿਆਂ 'ਚ ਭੇਜਣ ਲਈ ਤਿਆਰ ਨੇ। ਔਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਰਿਕਰੂਟ ਸੈਂਟਰ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਲਾਮੀ ਲਈ ਗਈ ਪਹਿਲੇ ਜਿਹੜੇ ਨਵੇਂ ਰਿਕਰੂਟਸ ਨੇ ਔਰ ਉਸ ਤੋਂ ਬਾਅਦ ਹੁਣ ਪਰੇਡ ਪਾਸਿੰਗ ਆਊਟ ਪਰੇਡ ਹੋ ਰਹੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ। ਔਰ ਤੁਸੀਂ ਇੱਕ ਤਰਫ ਦੇਖ ਸਕਦੇ ਹੋ ਕਿ ਜਿਹੜੇ ਨਵੇਂ ਪੁਲਿਸ ਰਿਕਰੂਟਸ ਨੇ ਜੋ ਆਪਣੇ ਅੱਜ ਜ਼ਿਲ੍ਹਿਆਂ 'ਚ ਜਾਣਗੇ, ਇਹ ਉਹੀ ਨੇ ਜੋ ਪਿਛਲੀ ਸਰਕਾਰ ਦੌਰਾਨ ਜਿਨ੍ਹਾਂ ਦਾ ਡੋਪ ਟੈਸਟ ਤੋਂ ਬਾਅਦ ਜਿਨ੍ਹਾਂ ਦੀ ਭਰਤੀ ਸ਼ੁਰੂ ਹੋਈ ਸੀਗੀ। ਔਰ ਅੱਜ ਤੁਸੀਂ ਦੇਖ ਸਕਦੇ ਹੋ ਕੁੱਲ 2068 ਜਿਹੜੇ ਪੁਲਿਸ ਕਰਮੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀਗੀ। ਉਹਨਾਂ 'ਚੋਂ 2062 ਨੇ ਜੋ ਟ੍ਰੇਨਿੰਗ ਪਾਸ ਕਰ ਗਏ ਨੇ ਔਰ ਅੱਜ ਉਹ ਹੁਣ ਤਿਆਰ ਨੇ ਬਿਲਕੁਲ ਡਿਸਟ੍ਰਿਕਟ ਆਪਣੇ ਆਪਣੇ ਜ਼ਿਲ੍ਹਿਆਂ 'ਚ ਜਾਣ ਲਈ ਔਰ ਉਹਨਾਂ ਨੂੰ ਜ਼ਿਲ੍ਹਿਆਂ 'ਚ ਰਵਾਨਾ ਕਰਨ ਲਈ ਖੁਦ ਕੈਪਟਨ ਅਮਰਿੰਦਰ ਸਿੰਘ ਆਏ ਨੇ। ਔਰ ਤੁਸੀਂ ਦੇਖ ਸਕਦੇ ਹੋ ਕਿ ਜਿਪਸੀ 'ਚ ਸਵਾਰ ਹੋ ਕੇ ਕੈਪਟਨ ਅਮਰਿੰਦਰ ਸਿੰਘ ਪਾਸਿੰਗ ਆਊਟ ਪਰੇਡ ਨੇ ਔਰ ਸਲਾਮੀ ਲੈ ਰਹੇ ਨੇ ਸਾਰੇ ਰਿਕਰੂਟਸ ਦੀ। ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਿਆਰ ਹੈ ਪੰਜਾਬ ਪੁਲਿਸ ਦੀ ਇਹ ਨਵੀਂ ਟੀਮ ਜੋ ਹੁਣ ਆਪਣੇ ਜ਼ਿਲ੍ਹਿਆਂ 'ਚ ਜਾਏਗੀ ਔਰ ਪੰਜਾਬ ਪੁਲਿਸ ਦੇ ਲਾਅ ਐਂਡ ਆਰਡਰ ਨੂੰ ਸੰਭਾਲੇਗੀ। ਦੇਖ ਸਕਦੇ ਹੋ ਕਿ ਬੈਂਡ ਨਾਲ ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕੀਤਾ ਜਾ ਰਿਹਾ ਹੈ। ਪਾਸਿੰਗ ਆਊਟ ਪਰੇਡ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਵੇਂ ਪੁਲਿਸ ਅਫਸਰਾਂ ਪੁਲਿਸ ਕਰਮੀਆਂ ਦਾ ਹੌਸਲਾ ਅਫਜ਼ਾਈ ਕਰ ਰਹੇ ਨੇ। ਜਿਪਸੀ ਸਵਾਰ ਕੈਪਟਨ ਅਮਰਿੰਦਰ ਸਿੰਘ ਪਾਸਿੰਗ ਆਊਟ ਪਰੇਡ ਦੌਰਾਨ ਇਹ ਨਵੀਂ ਭਰਤੀ ਹੈ, ਉਹੀ ਭਰਤੀ ਹੈ ਜੋ ਜਿਨ੍ਹਾਂ ਦੀ ਪੰਜਾਬ 'ਚ ਪਹਿਲੀ ਵਾਰੀ ਪੰਜਾਬ ਪੁਲਿਸ ਦੀ ਭਰਤੀ ਡੋਪ ਟੈਸਟ ਤੋਂ ਬਾਅਦ ਹੋਈ ਸੀ। ਅੱਜ ਵੀ ਇਹੀ ਮੁੱਦਾ ਜਿਹੜਾ ਹੈ ਪੰਜਾਬ 'ਚ ਬਹੁਤ ਜ਼ਿਆਦਾ ਚਰਚਾ 'ਚ ਹੈ ਔਰ ਉਸ ਤੋਂ ਬਾਅਦ ਇਹ ਉਹ ਪਹਿਲਾ ਬੈਚ ਹੈ ਜਿਹਦੇ 'ਚ ਸੁਖਬੀਰ ਸਿੰਘ ਬਾਦਲ ਪਿਛਲੀ ਸਰਕਾਰ ਦੇ ਹੋਮ ਮਿਨਿਸਟਰ ਸੀਗੇ, ਉਹਨਾਂ ਨੇ ਜੋ ਨਸ਼ੇ ਨਾਲ ਉਹਨਾਂ ਦਾ ਕਹਿਣਾ ਸੀਗਾ ਕਿ ਨਸ਼ੇ ਨਾਲ ਪੰਜਾਬ ਦੀ ਬਦਨਾਮੀ ਹੋ ਰਹੀ ਹੈ ਔਰ ਇਹ ਬਦਨਾਮੀ ਨੂੰ ਰੋਕਣ ਲਈ ਉਹਨਾਂ ਨੇ ਜਿਹੜੀ ਨਵੀਂ ਭਰਤੀਆਂ ਹੋਈਆਂ ਸੀ ਪੁਲਿਸ ਦੀਆਂ ਉਹਨਾਂ ਦਾ ਹਰ ਇੱਕ ਵਾਸਤੇ ਡੋਪ ਟੈਸਟ ਲਾਜ਼ਮੀ ਕਰਤਾ ਸੀਗਾ ਅਤੇ ਉਹਨਾਂ 'ਚੋਂ ਹੀ ਜਿਹੜੇ 2062 ਨੇ ਡੋਪ ਟੈਸਟ ਤੋਂ ਬਾਅਦ ਅੱਜ ਉਹ ਆਪਣੇ ਆਪਣੇ ਜ਼ਿਲ੍ਹਿਆਂ 'ਚ ਜਾਣ ਲਈ ਤਿਆਰ ਨੇ ਔਰ ਡੋਪ ਟੈਸਟ ਦਾ ਜ਼ਿਕਰ ਇਸ ਲਈ ਕਿਉਂਕਿ ਇਸ ਵਾਰੀ ਫਿਰ ਇੱਕ ਵਾਰੀ ਪੰਜਾਬ 'ਚ ਇੱਕ ਵੱਡਾ ਰਾਜਨੀਤਿਕ ਮੁੱਦਾ ਬਣਿਆ ਹੋਇਆ ਹੈ ਡੋਪ ਟੈਸਟ ਦਾ। ਕੈਮਰਾਮੈਨ ਵਰਿੰਦਰ ਦੇ ਨਾਲ ਰਿਮਾਂਸ਼ੂ ਗਾਬਾ, ਦੈਨਿਕ ਸਵੇਰਾ ਟੀਵੀ, ਹੁਸ਼ਿਆਰਪੁਰ।